ਜੀ ਸਤਿ ਸ਼੍ਰੀ ਅਕਾਲ ਜੀ, ਮੈਂ ਰੈਪ ਕਲਸੀ ਅਤੇ ਪੰਜਾਬ ਰੂਟਸ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਅਤੇ ਅੱਜ ਆਪਣੇ ਨਾਲ ਉਹ ਸ਼ਖਸ ਬੈਠੀ ਹੈ ਪੰਜਾਬ ਦੀ, ਜਿਹੜੇ ਕਿ ਕਹਿੰਦੇ ਨੇ ਜਵਾਨੀ ਵੇਲੇ ਉਹਨਾਂ ਨੂੰ ਲੰਡਨ ਦੇ ਲਾਰੇ ਪੱਟ ਗਏ ਨੇ, ਅਤੇ ਉਹਨਾਂ ਨੇ ਗਰਾਰੀਆਂ ਕਿੰਨੀਆਂ ਕਢਾਈਆਂ ਨੇ ਜਵਾਨੀ ਵੇਲੇ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਰਜੋਤ ਵੀਰੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਮੈਨੂੰ ਇਸ ਗੱਲ 'ਤੇ ਆਉਣਾ ਚਾਹੁੰਦਾ, ਤੁਹਾਨੂੰ ਕਿੰਨੇ ਕੁ ਲਾਰੇ ਪੱਟ ਗਏ ਜਵਾਨੀ ਵੇਲੇ? ਜਵਾਨੀ ਵੇਲੇ ਲਾਰੇ ਪੱਟਦੇ ਆ ਬਾਈ, ਜਵਾਨੀ ਵੇਲੇ ਬਹੁਤ ਲਾਰੇ ਪੱਟੇ ਆ। ਅਤੇ ਜਵਾਨੀ ਤੁਹਾਡੇ ਤੇ ਵੀ ਜਵਾਨੀ ਆਈ ਆ, ਹੁਣ ਤੁਹਾਨੂੰ ਕੀ ਜਵਾਨੀ ਬਾਰੇ ਦੱਸਾਂ ਜੀ। ਤੇ ਗਰਾਰੀਆਂ ਕਿੰਨੀ ਪਸੰਦੇ ਰਹੇ ਤੁਸੀਂ? ਗਰਾਰੀਆਂ, ਮਿੱਠੀਆਂ ਗਰਾਰੀਆਂ ਬਹੁਤ ਪਸਾਈਆਂ ਆਪਾਂ ਜੀ। ਅਤੇ ਉਸ ਤੋਂ ਬਾਅਦ ਦੇਖਿਆ ਜਾ ਰਿਹਾ ਵੀ ਤੁਹਾਡਾ ਹੁਣ ਇੰਨਾ ਟਾਈਮ ਗੈਪ ਪੈ ਗਿਆ ਹੈ ਨਾ, ਰੋਮਾਂਟਿਕ ਆਇਆ ਤੁਹਾਡੇ ਬੀਟ ਆਇਆ ਗਾਣੇ ਹੈ ਨਾ, ਅਤੇ ਹੁਣ ਕੀ ਨਵਾਂ ਫਲੇਵਰ ਆ ਰਿਹਾ ਤੁਹਾਡਾ ਜਾਂ ਕੀ ਕਰ ਰਹੇ ਹੋ ਤੁਸੀਂ ਹੁਣ ਨਵਾਂ? ਨਵਾਂ ਵੀਰੇ ਸੈਡ ਸੌਂਗ ਆ ਰਿਹਾ, ਗਾਣੇ ਦਾ ਨਾਮ ਹੈ ਦੂਰ ਜੀ, 2 ਨਵੰਬਰ ਨੂੰ ਰਿਲੀਜ਼ ਹੋ ਰਿਹਾ ਹੈ ਜੀ। ਬਹੁਤ ਵਧੀਆ ਪ੍ਰੋਜੈਕਟ ਆ, ਉਮੀਦ ਕਰਦਾ ਪਸੰਦ ਆਊਗਾ। ਗੁਪਿੰਦਰ ਨੱਥੂ ਮਾਜਰੇ ਦੇ ਲਿਰਿਕਸ ਨੇ, ਗੁਰਮੀਤ ਸਿੰਘ ਦਾ ਮਿਊਜ਼ਿਕ ਹੈ, ਟਰੂ ਮੇਕਰ ਨੇ ਵੀਡੀਓ ਸ਼ੂਟ ਕੀਤੀ ਆ, ਅਤੇ ਟੀ ਸੀਰੀਜ਼ ਵੱਲੋਂ ਆ ਰਿਹਾ ਗਾਣਾ। ਹੋਪਫੁਲੀ ਇਹ ਤੁਸੀਂ ਸੈਡ ਕਰ ਰਹੇ ਹੋ, ਤੁਹਾਨੂੰ ਨਹੀਂ ਲੱਗਦਾ ਅੱਜ ਕੱਲ੍ਹ ਲੋਕ ਸੱਭਿਆਚਾਰ ਨੂੰ ਫੋਲੋ ਕਰਦੇ ਆ ਜਾਂ ਹਥਿਆਰਾਂ ਨੂੰ? ਲੋਕ ਸੱਭਿਆਚਾਰ ਨੂੰ ਵੀ ਫੋਲੋ ਕਰਦੇ ਆ ਜੀ, ਲੋਕ ਹਥਿਆਰਾਂ ਨੂੰ ਵੀ ਫੋਲੋ ਕਰਦੇ ਆ, ਲੋਕ ਸੈਡ ਸੌਂਗ ਵੀ ਫੋਲੋ ਕਰਦੇ ਆ, ਸਭ ਕੁਝ ਫੋਲੋ ਕਰਦੇ ਆ। ਦਿਲੋਂ ਜੋ ਦਿਲੋਂ ਕੀਤਾ ਜਾਊਗਾ, ਮੈਨੂੰ ਲੱਗਦਾ ਹਰ ਇੱਕ, ਮੈਨੂੰ ਲੱਗਦਾ ਹਥਿਆਰਾਂ ਵਾਲੇ ਗਾਣੇ ਕਰੂੰ ਸ਼ਾਇਦ ਲੋਕ ਨਾ ਲਾਈਕ ਕਰਨ, ਪਰ ਜੇ ਮੈਂ ਰੋਮੈਂਟਿਕ ਜੋ ਮੇਰਾ ਟੇਸਟ ਹੈ ਮੈਂ ਉਹ ਕਰੂੰਗਾ ਤਾਂ ਲੋਕ ਫੋਲੋ ਕਰਨਗੇ। ਸੋ ਮੈਨੂੰ ਉਮੀਦ ਹੈ ਕਿ ਵਧੀਆ ਜਾਊਗਾ ਗਾਣਾ ਜੀ। ਅਤੇ ਸੱਭਿਆਚਾਰ ਨੂੰ ਤੁਸੀਂ ਕਿੰਨਾ ਕੁ ਜਾਣਦੇ ਹੋ? ਮਤਲਬ ਦੇਖਿਆ ਜਾਵੇ ਤੁਸੀਂ ਸ਼ੋਅ ਵਗੈਰਾ ਲਾਉਂਦੇ ਹੋਵੋਗੇ, ਉੱਥੇ ਗਾਉਂਦੇ ਹੋਣੇ, ਸੱਭਿਆਚਾਰ ਲੋਕ ਕਿੰਨਾ ਕੁ ਪਸੰਦ ਕਰਦੇ ਹੋ ਉਹ ਚੀਜ਼ ਨੂੰ? ਬਈ ਹੁਣ ਮੈਨੂੰ ਐਕਚੁਅਲੀ ਨਾ ਸੱਭਿਆਚਾਰ ਸੋਸ਼ਲ ਮੀਡੀਆ ਨੇ ਇੰਨਾ ਕੁ ਕਨਫਿਊਜ਼ ਕਰਤਾ ਕਿ ਸੱਭਿਆਚਾਰ ਦੀ ਅਸਲ ਮੀਨਿੰਗ, ਸੱਭਿਆਚਾਰ ਦਾ ਕੀ ਹੈ, ਇਹ ਮੇਰੇ ਖਿਆਲ ਸਾਰੇ ਕਨਫਿਊਜ਼ ਨੇ ਜੀ, ਹੈ ਨਾ। ਹੁਣ ਸਾਰਾ ਸੱਭਿਆਚਾਰ, ਸੱਭਿਆਚਾਰ ਨੂੰ ਡਿਫਾਈਨ ਕਿਵੇਂ ਕਰਾਂਗੇ ਆਪਾਂ? ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਕਿੱਦਾਂ ਡੈਫੀਨੇਸ਼ਨ ਸੱਭਿਆਚਾਰ ਦੀ ਕੀ ਹੈ? ਗਾਣਿਆਂ ਹੈ, ਗਾਣਿਆਂ ਜਿਹੜੇ ਸੱਭਿਆਚਾਰ ਹੈ, ਸਾਡੀ ਰਹਿਣੀ ਸਹਿਣੀ ਸੱਭਿਆਚਾਰ ਹੈ, ਸਾਡਾ ਜਿਹੜਾ ਅਸੀਂ ਕੱਪੜੇ ਲੀੜੇ ਪਾਉਣੇ ਹੈ, ਇਹ ਸੱਭਿਆਚਾਰ ਹੈ ਜਾਂ ਖਾਣ ਪੀਣ ਸੱਭਿਆਚਾਰ ਹੈ, ਸਾਨੂੰ ਇਹ ਨਹੀਂ ਪਤਾ ਹਲੇ। ਸਭ ਤੋਂ ਪਹਿਲਾਂ ਤਾਂ ਇਹ ਸਮਝਣਾ ਪੈਣਾ ਹੈ ਨਾ। ਕਮੈਂਟ ਬਹੁਤ ਸੌਖਾ ਕਰਨਾ, ਪਰ ਹੈ ਕੀ, ਮੈਨੂੰ ਲੱਗਦਾ ਕਿ ਯਾਰ ਸਭ ਤੋਂ ਪਹਿਲਾਂ ਤਾਂ ਪਿਆਰ ਨਾਲ ਰਹੀਏ ਆਪਾਂ, ਲੜੀਏ ਨਾ। ਬੀਂਗ ਪੰਜਾਬੀ, ਆਪਾਂ ਪੰਜਾਬੀ ਅਤੇ ਪੰਜਾਬ ਨੂੰ ਰਿਪ੍ਰਜੈਂਟ ਕਰ ਰਹੇ ਹਾਂ ਸਾਰੇ ਜਾਣੇ, ਚਾਹੇ ਵੱਡੇ ਪਲੇਟਫਾਰਮ 'ਤੇ ਚਾਹੇ ਲੋਕਲ ਪਲੇਟਫਾਰਮ 'ਤੇ, ਹੈ ਨਾ। ਸਭ ਤੋਂ ਪਹਿਲਾਂ ਤਾਂ ਪਿਆਰ ਨਾਲ ਰਹੀਏ ਆਪਾਂ। ਮੈਨੂੰ ਲੱਗਦਾ ਸੱਭਿਆਚਾਰ ਸਭ ਤੋਂ ਪਹਿਲਾਂ ਤਾਂ ਇੱਥੋਂ ਸ਼ੁਰੂ ਹੁੰਦਾ ਕਿ ਆਪਾਂ ਇੱਕ ਦੂਜੇ ਦੀ ਰਿਸਪੈਕਟ ਕਰਦੇ ਹਾਂ, ਪੰਜਾਬੀ ਪੰਜਾਬੀ ਦੀ ਰਿਸਪੈਕਟ ਕਰਦਾ, ਸਭ ਤੋਂ ਪਹਿਲਾਂ ਤਾਂ ਸੱਭਿਆਚਾਰ ਇਹ ਹੈ। ਅਤੇ ਪਰ ਮੈਨੂੰ ਲੱਗਦਾ ਵੀ ਜੇ ਆਪਾਂ ਗਾਲਾਂ ਕੱਢਾਂਗੇ ਕਿਸੇ ਨੂੰ ਕਿ ਯਾਰ ਤੂੰ ਉਹ ਗਲਤ ਕਰਦਾ, ਤੂੰ ਇੱਦਾਂ ਕਰ, ਉਹ ਸੱਭਿਆਚਾਰ ਨਹੀਂ ਹੈਗਾ। ਆਪਣੇ ਪੰਜਾਬ 'ਚ ਮਤਲਬ ਜ਼ਿਆਦਾਤਰ ਦੇਖਿਆ ਜਾਂਦਾ ਇੱਕ ਦੂਜੇ ਨੂੰ ਇੱਦਾਂ ਰਿਪਲਾਈ ਬਹੁਤ ਜ਼ਿਆਦਾ ਕਰਦੇ ਹਾਂ, ਬਹੁਤ ਜ਼ਿਆਦਾ ਹੋ ਗਿਆ ਪੰਜਾਬ 'ਚ, ਮਤਲਬ ਟ੍ਰੈਂਡ ਸ਼ੁਰੂ। ਮੈਂ ਸਰਪ੍ਰਾਈਜ਼ ਨਾ ਯਾਰ ਇਸ ਚੀਜ਼ ਤੋਂ ਲੋਕ, ਮੈਂ ਨਾ ਇੱਕ ਚੀਜ਼ ਤੋਂ ਬਹੁਤ ਸਰਪ੍ਰਾਈਜ਼ ਹਾਂ ਕਿ ਯਾਰ ਲੋਕਾਂ ਨੂੰ ਇੱਕ ਚੀਜ਼ ਸਮਝਣੀ ਚਾਹੀਦੀ ਹੈ, ਸੋਸ਼ਲ ਮੀਡੀਆ ਜਦੋਂ ਦਾ ਆਇਆ ਲੋਕਾਂ 'ਚ ਨਾ ਹੇਟ ਕਿਉਂ ਵੱਧ ਗਿਆ, ਕਿਉਂ ਇੰਨਾ ਗੁੱਸਾ, ਕਿਉਂ ਹਰ ਗੱਲ 'ਤੇ? ਮਤਲਬ ਮੈਂ ਅੱਜ ਕਿਸੇ ਸੋਸ਼ਲ ਮੀਡੀਆ 'ਤੇ ਜਾਂ ਕਿਤੇ ਕੋਈ ਪੋਸਟ ਪਾਉਣਾ ਤਾਂ ਉਹਦੇ ਥੱਲੇ ਕੁਛ ਕੁ ਹੇਟ ਕਮੈਂਟ ਕਿਉਂ ਆਉਂਦੇ ਨੇ, ਮਤਲਬ ਕਿਉਂ ਇੰਨਾ ਗੁੱਸਾ ਲੋਕਾਂ ਨੂੰ ਇੱਕ ਦੂਜੇ 'ਤੇ, ਹੈ ਨਾ? ਲੋਕ ਵਿਹਲੇ ਆ ਤਾਂ ਗੁੱਸਾ, ਜਾਂ ਲੋਕਾਂ ਨੂੰ ਆਪਣੇ ਕੰਮ ਕਾਰ ਇੰਨੇ ਔਖੇ ਆ ਕਿ ਤਾਂ ਗੁੱਸਾ ਹੈ, ਸਟ੍ਰੈੱਸ ਹੈ ਤਾਂ ਗੁੱਸਾ ਹੈ, ਕੀ ਚੀਜ਼ ਹੈ? ਇਹ ਸਮਝਣੀ ਚਾਹੀਦੀ ਹੈ ਲੋਕਾਂ ਨੂੰ, ਇਹ ਗਲਤ ਗੱਲ ਹੈ। ਗੁੱਸਾ ਕਾਬੂ ਰੱਖਣਾ ਚਾਹੀਦਾ, ਸਾਰਾ ਗੁੱਸਾ ਸੋਸ਼ਲ ਮੀਡੀਆ 'ਤੇ ਕੱਢਦੇ ਹੋ, ਗਾਲਾਂ ਲਿਖਦੇ ਹੋ, ਇਹ ਗਲਤ ਗੱਲ ਹੈ ਯਾਰ। ਲੋਕ ਚੰਗੀਆਂ ਚੀਜ਼ਾਂ ਨੂੰ ਵੀ ਗਾਲਾਂ ਕੱਢਦੇ ਹੈ ਕਈ, ਕੋਈ ਮਾੜੀ ਚੀਜ਼ਾਂ ਨੂੰ ਤਾਂ ਚਲੋ ਕੱਢਣੀ ਕੱਢਣੀ ਹੈ, ਮਾੜੀ ਚੀਜ਼ਾਂ ਨੂੰ ਵੀ ਲੋਕ ਚੰਗੀਆਂ ਦੱਸਦੇ ਹੈ ਕਈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਕੀ ਕਹਿ ਸਕਦਾ ਇਸ ਚੀਜ਼ ਬਾਰੇ? ਦੇਖੋ, ਕਹਿੰਦੇ ਹੁੰਦੇ ਨੇ ਕਹਾਵਤ ਹੈ ਆਪਣੇ ਕਿ ਪੂਰੀ ਦੁਨੀਆ ਨੂੰ ਤਾਂ ਬਾਬਾ ਨਾਨਕ ਵੀ ਖੁਸ਼ ਨਹੀਂ ਕਰ ਸਕਿਆ, ਪਰ ਕੋਸ਼ਿਸ਼ ਕਰੋ, ਮੈਂ ਵੀ ਕੋਸ਼ਿਸ਼ ਕਰਦਾ, ਮੈਂ ਤਾਂ ਲੋਕਾਂ ਨੂੰ ਵੀ ਇਹੀ ਗੱਲ ਕਹਿੰਦਾ ਕਿ ਕੋਸ਼ਿਸ਼ ਇਹ ਕਰੋ ਕਿ ਯਾਰ ਤੁਸੀਂ ਆਪਣੇ ਵੱਲੋਂ ਚੰਗਾ ਕਰੋ, ਆਪਣੀ ਇੰਟੈਂਸ਼ਨਸ ਪੋਜ਼ਿਟਿਵ ਰੱਖੋ, ਇੰਟੈਂਸ਼ਨਸ ਗੁੱਡ ਰੱਖੋ ਅਤੇ ਪੋਜ਼ਿਟਿਵ ਕਰੋ। ਮੈਜੋਰਟੀ ਜੇ ਤੁਹਾਨੂੰ ਲਾਈਕ ਕਰਦੀ ਹੈ, ਮੈਜੋਰਟੀ ਜੇ ਤੁਹਾਨੂੰ ਫੋਲੋ ਕਰਦੀ ਹੈ, ਤਾਂ ਤੁਸੀਂ ਗੁੱਡ ਕਰ ਰਹੇ ਹੋ, ਪਰ ਕੁਛ ਕੁ ਲੋਕ ਤਾਂ ਹੁਣ ਕਰਨਗੇ, ਉਹ ਤਾਂ ਨਿੰਦਣਗੇ, ਫਿਰ ਆਪਾਂ ਮੈਜੋਰਟੀ ਨੂੰ ਦੇਖਣਾ ਚਾਹੀਦਾ ਮੈਨੂੰ ਲੱਗਦਾ ਜੀ। ਅਤੇ ਬਹੁਤ ਵਧੀਆ ਲੱਗਿਆ ਹਰਜੋਤ ਵੀਰੇ ਤੁਹਾਡੇ ਨਾਲ ਗੱਲਬਾਤ ਕਰਕੇ, ਥੈਂਕ ਯੂ। ਜਾਂਦੇ ਜਾਂਦੇ ਕੋਈ ਆਪਣੇ ਫੈਨਸ ਨੂੰ ਮੈਸੇਜ ਦੇਣਾ ਚਾਹੁੰਦੇ ਹੋ? ਮੈਂ ਆਪਣੇ ਫੈਨਸ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦਾ। ਤੁਸੀਂ ਮੈਨੂੰ ਇੱਕ ਬਠਿੰਡੇ ਵਾਲੇ ਹਰਜੋਤ ਤੋਂ ਤੁਹਾਡਾ ਆਪਣਾ ਹਰਜੋਤ ਬਣਾਇਆ, ਮੇਰੇ ਗੀਤਾਂ ਨੂੰ ਪਿਆਰ ਕੀਤਾ, ਜੋ ਮੈਂ ਹੁਣ ਤੱਕ ਕੀਤਾ ਤੁਸੀਂ ਗੀਤ ਲਾਈਕ ਕੀਤੇ ਆ, ਅਤੇ ਮੈਂ ਇਹੀ ਉਮੀਦ ਕਰਦਾ ਤੁਸੀਂ ਮੇਰੇ ਜਿਹੜੇ ਅੱਗੇ ਗੀਤ ਹੈ ਉਹਨਾਂ ਨੂੰ ਵੀ ਲਾਈਕ ਕਰੋਗੇ। ਅਤੇ ਹਰ ਵਾਰ ਦੀ ਤਰ੍ਹਾਂ ਮੈਂ ਪ੍ਰੋਮਿਸ ਫੇਰ ਕਰਦਾ, ਇਹੀ ਪ੍ਰੋਮਿਸ ਕਰਦਾ ਹੁੰਦਾ ਮੈਂ, ਅੱਜ ਫਿਰ ਇਹੀ ਪ੍ਰੋਮਿਸ ਕਰਦਾ ਕਿ ਮੈਂ ਵਧੀਆ ਗਾਊਂਗਾ, ਮੈਂ ਕੋਈ ਇਹੋ ਜਿਹੀ ਚੀਜ਼ ਨਹੀਂ ਗਾਊਂਗਾ, ਇਹੋ ਜਿਹੀ ਚੀਜ਼ ਨਹੀਂ ਦਿਖਾਊਂਗਾ ਜਿਹੜੀ ਵਲਗਰ ਹੋਵੇ ਜਾਂ ਤੁਹਾਨੂੰ ਇਤਰਾਜ਼ ਹੋਵੇ। ਜਿੱਦਾਂ ਦੇ ਮੇਰੇ ਪਹਿਲਾਂ ਗੀਤ ਹੈ ਮੈਂ ਉੱਦਾਂ ਦੀ ਕਰ ਰਿਹਾ, ਉੱਦਾਂ ਦੀ ਕਰਦਾ ਰਹੂੰਗਾ, ਅਤੇ ਤੁਹਾਡੀਆਂ ਉਮੀਦਾਂ 'ਤੇ ਖਰਾ ਉਤਰਦਾ ਰਹੂੰਗਾ। ਅਤੇ ਤੁਸੀਂ ਪਲੀਜ਼ ਪਿਆਰ ਕਰਦੇ ਰਹੋ, ਆਪਣਾ ਪਿਆਰ ਇੱਦਾਂ ਹੀ ਬਣਾਈ ਰੱਖਿਓ। ਥੈਂਕ ਯੂ ਵੈਰੀ ਮੱਚ। ਅਤੇ ਜੇ ਤੁਸੀਂ ਨੇ ਜਿੱਦਾਂ ਦੇ ਵੀ ਤੁਸੀਂ ਗਾਣੇ ਸੁਣ
है ना, तो या फिर तुम एक चंगा कमेंट करो कि यार भाई तू यह गाना गाया वधिया नहीं लग्या, या ये चीज़ फलानी वधिया नहीं, तू इदा करी अगे तो सिंगर है जो चाहे मैं चाहे कोई भी हो बहुत खुश हो गए थोड़ी वो चाहत है जी पूरी करेगा। तो मैं फिर यही कहना है कि मेरे गाने हैं तुम कमेंट करके दस दौ, जो कमी हुई तो भी कमेंट कर दौ, पर यार गाला ना कढ़ियो नहीं सैड आ रहा थोड़ी सैड आ रहा। हाँ मैंने प्यार किया वैसे रोमांटिक मेरे कमेंट करने रो रो के कमेंट करे वैसे रोयो ना इन्ना ना इदा सैड नहीं है वधिया सैड है बहुत वधिया सैड है जी। हाँ तो बहुत वधिया लगे थैंक यू वेरी मच सारे ऑडियंस थैंक यू लव यू।